ਕਹਿੰਦੇ 85% ਵਾਅਦੇ ਪੂਰੇ ਕਰ ਦਿੱਤੇ ਕਿੰਨੇ ਕੁ ਵਾਅਦੇ ਪੂਰੇ ਹੋ ਗਏ 5% ਵੀ ਨਹੀਂ ਹੋਏ ਜੀ 85% ਮੋਦੀ ਸਾਹਿਬ ਕਹਿੰਦੇ ਅਸੀਂ ਦੇਸ਼ ਦਾ ਬਹੁਤ ਵਿਕਾਸ ਕਰ ਦਿੱਤਾ ਹੋਇਆ ਵਿਕਾਸ ਵਿਨਾਸ਼ ਕਰਿਆ ਜੀ ਵਿਨਾਸ਼ ਕੀਤਾ ਮੈਂ ਬਾਪੂ ਜੀ ਤੁਹਾਡੇ ਤੋਂ ਜਾਣਨਾ ਚਾਹੁੰਦਾ ਜਿਹੜੇ ਬਿਜਲੀ ਦੀ ਗੱਲ ਕਰੀ ਕਹਿੰਦੇ ਪੰਜਾਬ ਦੇ ਵਿੱਚ ਬਿਜਲੀ ਬੜੀ ਮਹਿੰਗੀ ਹੈਗੀ ਹੈ ਵਾਕਈ ਬਿਜਲੀ ਮਹਿੰਗੀ ਆ ਰਹੀ ਹੈ ਕਿ ਸਸਤੀ ਆ ਰਹੀ ਹੈ ਮਹਿੰਗੀ ਮਹਿੰਗੀ ਬਿਜਲੀ ਆ ਰਹੀ ਹੈ ਕਿੰਨਾ ਕੁ ਬਿੱਲ ਆ ਜਾਂਦਾ ਮਹੀਨੇ ਦਾ 2 ਮਹੀਨੇ ਦਾ 2 ਮਹੀਨੇ ਦਾ ਆ ਜਾਂਦਾ 10000 ਰੁਪਏ 10000 ਰੁਪਿਆ ਤੁਸੀਂ ਤੇਲ ਦੇ ਲਾ ਲਓ 100 ਡੀਜ਼ਲ ਕਿੱਥਾ ਪਹੁੰਚ ਗਏ ਪੈਟਰੋਲ ਕਿੱਥੇ ਪਹੁੰਚ ਗਏ ਗੱਡੀਆਂ ਆਪ ਚਲਾਉਣ ਨੂੰ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਸਰਕਾਰਾਂ ਕਹਿੰਦੇ ਅਸੀਂ 85% ਦੀ ਵਾਅਦੇ ਹੈਗੇ ਨੇ ਪੂਰੇ ਕਰ ਦਿੱਤੇ ਨੇ ਕੋਈ ਨੇ ਵਾਅਦੇ ਪੂਰੇ ਜਾਂ ਨਹੀਂ ਕੋਈ ਵਾਅਦਾ ਪੂਰਾ ਨਹੀਂ ਜੀ ਕੋਈ ਵਾਅਦਾ ਪੂਰਾ ਸਭ ਝੂਠ ਆ ਜੀ 1500 ਰੁਪਏ ਪੈਨਸ਼ਨ ਸਰਕਾਰ ਕਹਿੰਦੀ ਬੁਢਾਪਾ ਪੈਨਸ਼ਨ ਉਹ ਕਾਫੀ ਨੇ ਜਾਂ ਸਰਜੋ ਉਹਦੇ ਨਾਲ ਨਹੀਂ ਕਿ ਅਜੇ ਤਾਂ ਆਈਓ ਨਹੀਂ ਜੀ 1500 ਅੱਛਾ ਅੱਛਾ ਜੀ ਹਾਲ ਤੱਕ ਤਾਂ 750 ਰੁਪਏ ਜਿਹੜੀ ਹੈਗੀ ਉਹੀ ਆ ਰਹੀ ਹੈ ਪਹਿਲੇ 500 ਹੁੰਦੀ ਹੁਣ 750